ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਤਿਹਾਸ ਲੈ ਕੇ ਆਪ ਸਿੱਖ ਸੰਗਤਾਂ ਦੇ ਸਨਮੁਖ ਹਾਜ਼ਰ ਹੋਇਆ ਹਾਂ। ਅੱਜ 13 ਫਰਵਰੀ, ਇਹ ਦਿਨ ਸਿੱਖ ਧਰਮ ਦੇ ਵਿੱਚ ਆਪਣੀ ਇੱਕ ਬੜੀ ਵੱਡੀ ਥਾਂ ਰੱਖਦਾ ਹੈ। ਵੈਨਕੂਵਰ ਦੇ ਰਹਿਣ ਵਾਲੇ ਇੱਕ MP ਦੇ ਵੱਲੋਂ, ਜਿਹਦਾ ਨਾਮ HH ਸਟੀਵਨ ਸੀ, ਉਹਨੇ ਇੱਕ ਮਤਾ ਪਾਸ ਕੀਤਾ ਕਿ ਕੈਨੇਡਾ ਦੀ ਧਰਤੀ ਉੱਪਰ ਗੋਰੀ ਚਮੜੀ ਦੇ ਲੋਕਾਂ ਨੂੰ ਰਹਿਣ ਦਾ ਹੱਕ ਹੈ, ਦੂਸਰੀ ਚਮੜੀ ਜਿਹੜੀ ਰੰਗਦਾਰ ਹੈ ਉਹਨਾਂ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ। ਉਹਦੀ ਇਸ ਗੱਲ ਵੱਲ ਅੰਗਰੇਜ਼ ਸਰਕਾਰ, ਜੋ ਉਸ ਵੇਲੇ ਕੈਨੇਡਾ ਦੇ ਉੱਪਰ ਕਾਬਿਜ਼ ਸੀ, ਉਹਨਾਂ ਨੇ ਬੜਾ ਖਾਸ ਧਿਆਨ ਦਿੱਤਾ, ਕਿਉਂਕਿ ਉਹਨਾਂ ਨੂੰ ਸਭ ਤੋਂ ਵੱਧ ਜਿਹੜੀ ਨਫ਼ਰਤ ਸੀ ਉਹ ਪੰਜਾਬੀਆਂ ਦੇ ਨਾਲ ਸੀ। ਇਸੇ ਗੱਲ ਦੇ ਤਹਿਤ ਚੱਲਦਿਆਂ ਉਹਨਾਂ ਨੇ ਇੱਕ ਮਤਾ ਪਾਸ ਕੀਤਾ, ਕਹਿਣ ਲੱਗੇ ਕਿ ਸਾਡੇ ਹੀ ਇੱਕ ਕੈਨੇਡਾ ਦਾ ਹਿੱਸਾ ਬ੍ਰਿਟਿਸ਼ ਹੁੰਡ ਰਾਜ, ਜਿਹਨੂੰ ਉਹ ਬੈਲੀਜ਼ ਕਹਿੰਦੇ ਸਨ, ਕਹਿਣ ਲੱਗੇ ਕਿ ਉਹ ਥਾਂ ਇਹਨਾਂ ਲੋਕਾਂ ਵਾਸਤੇ ਨਿਰਧਾਰਿਤ ਕਰ ਦਿੱਤੀ ਜਾਵੇ ਕਿ ਤੁਸੀਂ ਇਸ ਇਲਾਕੇ ਵਿੱਚ ਰਹੋ, ਇਹ ਤੁਹਾਡੇ ਵਾਸਤੇ ਠੀਕ ਹੈ। ਇਸੇ ਗੱਲ ਦੇ ਤਹਿਤ ਚੱਲਦਿਆਂ ਕੈਨੇਡਾ ਦੇ ਗ੍ਰਹਿ ਮੰਤਰੀ, ਉਹਦਾ ਖਾਸਮ ਖਾਸ ਸਕੱਤਰ ਮਿਸਟਰ ਹਾਰਡਿਨ, ਅਤੇ ਉਹਦੇ ਨਾਲ ਮਿਸਟਰ ਵਿਲੀਅਮ ਹਾਪਕਿਨਸਨ, ਦੋ ਇਹ ਕੈਨੇਡਾ ਦੀ ਸਰਕਾਰ ਵੱਲੋਂ ਬੰਦੇ, ਦੋ ਸਰਦਾਰ ਨਾਗਰ ਸਿੰਘ, ਸਰਦਾਰ ਸ਼ਾਮ ਸਿੰਘ, ਇਹ ਭਾਰਤੀ ਲੋਕਾਂ ਦੀ ਅਗਵਾਈ ਕਰਦੇ ਹੋਏ ਉਸ ਥਾਂ ਨੂੰ ਵੇਖਣ ਵਾਸਤੇ ਗਏ। ਜਦੋਂ ਇਹਨਾਂ ਨੇ ਬ੍ਰਿਟਿਸ਼ ਹੁੰਡ ਰਾਜ ਦੀ ਥਾਂ ਵੇਖੀ ਤਾਂ ਉਹ ਥਾਂ ਬੜੀ ਡਰਾਵਣੀ ਸੀ, ਬਿਲਕੁਲ ਉਪਜਾਊ ਨਹੀਂ ਸੀ, ਉੱਥੇ ਕੋਈ ਵੀ ਵਧੀਆ ਤਰੀਕੇ ਦੀ ਪੈਦਾਵਾਰ ਨਹੀਂ ਹੋ ਸਕਦੀ ਸੀ, ਪਾਣੀ ਵਧੀਆ ਨਹੀਂ ਸੀ। ਇਸ ਤਰੀਕੇ ਨਾਲ ਇਹਨਾਂ ਨੇ ਉਸ ਗੱਲ ਨੂੰ ਨਕਾਰ ਦਿੱਤਾ ਕਿ ਅਸੀਂ ਇੱਥੇ ਰਹਿਣ ਵਾਸਤੇ ਬਿਲਕੁਲ ਤਿਆਰ ਨਹੀਂ, ਤੁਸੀਂ ਜੋ ਮਰਜ਼ੀ ਕਹਿ ਲਓ। ਕੈਨੇਡਾ ਦੀ ਸਰਕਾਰ ਨੇ ਆਪਣੇ ਵੱਲੋਂ ਇੱਕ ਹੱਥਕੰਡਾ ਵਰਤਿਆ ਕਿ ਪਾੜੋ ਅਤੇ ਰਾਜ ਕਰੋ। ਉਹਨਾਂ ਨੇ ਨਾਗਰ ਸਿੰਘ ਅਤੇ ਸ਼ਾਮ ਸਿੰਘ ਨੂੰ ਇਹ ਗੱਲ ਕਹੀ, ਕਹਿਣ ਲੱਗੇ ਤੁਸੀਂ ਇਸ ਮਤੇ 'ਤੇ ਜੋ ਫਾਈਲ ਹੈ ਉਹਦੇ ਉੱਪਰ ਸਾਈਨ ਕਰੋ, ਅਸੀਂ ਤੁਹਾਨੂੰ ਦੋਵਾਂ ਨੂੰ $3,000 ਇਨਾਮ ਵਜੋਂ ਰਿਸ਼ਵਤ ਦੇ ਰੂਪ ਵਿੱਚ ਦਿੰਦੇ ਹਾਂ। ਪਰੰਤੂ ਮੈਨੂੰ ਮਾਫ਼ ਕਰਨਾ, ਜੇ ਕੋਈ ਹੋਰ ਹੁੰਦਾ ਤਾਂ ਉਹਨੇ ਪੈਸੇ ਲੈ ਕੇ ਆਖਣਾ ਸੀ ਵੀ ਅਸੀਂ ਤਾਂ ਕਰ ਦਿੰਦੇ ਹਾਂ ਜੀ, ਸਾਨੂੰ ਕੀ ਇਤਰਾਜ਼ ਆ। ਪਰੰਤੂ ਬਲਿਹਾਰੇ ਜਾਈਏ, ਅਣਖ ਨਾਲ ਜਿਉਣ ਵਾਲੇ ਕਦੇ ਝੁਕਦੇ ਅਤੇ ਵੇਖਦੇ ਨਹੀਂ ਹੁੰਦੇ। ਸਰਦਾਰ ਨਾਗਰ ਸਿੰਘ, ਸਰਦਾਰ ਸ਼ਾਮ ਸਿੰਘ ਨੇ ਇਹ ਗੱਲ ਕਹੀ, ਕਹਿਣ ਲੱਗੇ ਅਸੀਂ ਤੁਹਾਡੀਆਂ ਇਹਨਾਂ ਗੱਲਾਂ ਨਾਲ ਕਦੇ ਵੀ ਸਹਿਮਤ ਹੋਣ ਵਾਲੇ ਨਹੀਂ। ਜੋ ਤੁਸੀਂ ਗਲਤ ਵਾਦੀਆਂ ਸੰਸਾਰ ਦੇ ਵਿੱਚ ਛੱਡਣਾ ਚਾਹੁੰਦੇ, ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਕਿਉਂਕਿ ਸਾਨੂੰ ਬਾਣੀ ਨੇ ਸਿਖਾਇਆ ਸੱਭੇ ਸਾਂਝੀ ਵਾਲ ਸਦਾਇਆ। ਰੱਬ ਨੇ ਸਾਰਿਆਂ ਨੂੰ ਇੱਕੋ ਤਰ੍ਹਾਂ ਪੈਦਾ ਕੀਤਾ, ਇੱਕੋ ਜਿਹੇ ਪੈਦਾ ਕੀਤਾ, ਕਿਸੇ ਦੀ ਧਰਤੀ ਹੋਰ ਹੋ ਸਕਦੀ ਹੈ, ਕਿਸੇ ਦੀ ਧਰਤੀ ਹੋਰ ਹੋ ਸਕਦੀ ਹੈ, ਧਰਤੀਆਂ ਦੇ ਫਰਕ ਕਰਕੇ ਬੰਦੇ ਨਾਲ ਵਿਤ ਕਰਾਉਣੀ ਹੋਣਾ ਚਾਹੀਦਾ। ਜਦੋਂ ਸਿੱਖਾਂ ਨੇ ਉਹਨਾਂ ਦੇ ਇਸ ਬਿੱਲ ਉੱਪਰ ਸਾਈਨ ਕਰਨ ਤੋਂ, ਦਸਤਖਤ ਕਰਨ ਤੋਂ ਨਾ ਕੀਤੀ ਤਾਂ ਬ੍ਰਿਟਿਸ਼ ਸਰਕਾਰ ਨੂੰ, ਜਿੱਥੇ ਕਿ ਉਸ ਵੇਲੇ ਕੈਨੇਡਾ ਦੀ ਧਰਤੀ 'ਤੇ ਉਹਨਾਂ ਦਾ ਰਾਜ ਸੀ, ਕੈਨੇਡਾ ਦੀ ਸਰਕਾਰ ਨੂੰ ਇਸ ਗੱਲ 'ਤੇ ਸੋਚਣਾ ਪਿਆ ਵੀ ਜੇ ਕਿਤੇ ਅਸੀਂ ਸਿੱਖਾਂ ਨੂੰ ਇਸੇ ਤਰੀਕੇ ਨਾਲ ਸੋਚਦੇ ਰਹੇ, ਜੇ ਅਸੀਂ ਇੱਥੋਂ ਇਹਨਾਂ ਨੂੰ ਦਬਕਾਵਾਂਗੇ, ਡਰਾਵਾਂਗੇ ਜਾਂ ਮਾਰਾਂਗੇ ਤਾਂ ਸਾਡਾ ਵਿਰੋਧ ਬਹੁਤ ਹੋਏਗਾ, ਕਿਉਂਕਿ ਇਹ ਉਹੀ ਸਿੱਖ ਸਨ ਜਿਨ੍ਹਾਂ ਨੇ ਕਦੇ ਇਹ ਧਮਕੀ ਦਿੱਤੀ ਸੀ ਕਿ ਅਸੀਂ ਵੈਨਕੂਵਰ ਸ਼ਹਿਰ ਨੂੰ ਅੱਗ ਲਾ ਕੇ ਸਾੜ ਦੇਵਾਂਗੇ। ਬਿਲਕੁਲ ਇਸੇ ਤਰੀਕੇ ਦੇ ਨਾਲ ਅੱਜ ਦੇ ਦਿਨ 13 ਫਰਵਰੀ 1806 ਨੂੰ ਫਿਰ ਇਹ ਗੁਰੂ ਕੇ ਸਿੱਖ ਵੈਨਕੂਵਰ ਦੇ ਵਿੱਚ ਇੱਕ ਸਥਾਨ 'ਤੇ ਇਕੱਠੇ ਹੁੰਦੇ ਨੇ, ਜਿੱਥੇ ਹਿੰਦੁਸਤਾਨ ਦੇ ਰਹਿਣ ਵਾਲੇ ਹਿੰਦੂ, ਮੁਸਲਮਾਨ, ਸਿੱਖ ਜਾਂ ਹੋਰ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਇੱਥੇ ਇਕੱਠੇ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚ ਇਹ ਗੱਲ ਰੱਖੀ ਜਾਂਦੀ ਹੈ ਕਿ ਅਸੀਂ ਕਦੇ ਵੀ ਜੋ ਬ੍ਰਿਟਿਸ਼ ਸਰਕਾਰ ਸਾਨੂੰ ਕੈਨੇਡਾ ਦੀ ਸਰਕਾਰ ਇਲਾਕਾ ਦੇਣਾ ਚਾਹੁੰਦੀ ਹੈ ਉੱਥੇ ਰਹਿਣ ਵਾਸਤੇ ਕਦੇ ਵੀ ਰਜ਼ਾਮੰਦ ਨਹੀਂ। ਇਹ ਅੱਜ ਦੇ ਦਿਨ ਸਿੱਖਾਂ ਦੇ ਵੱਲੋਂ ਜਿਹੜਾ ਮਤਾ ਪਾਇਆ ਗਿਆ, ਇਹ ਮਤਾ ਆਪਣੇ ਆਪ ਦੇ ਵਿੱਚ ਕੈਨੇਡਾ ਸਰਕਾਰ, ਬ੍ਰਿਟਿਸ਼ ਸਰਕਾਰ ਦੇ ਮੂੰਹ ਦੇ ਉੱਪਰ ਇੱਕ ਚਪੇੜ ਸੀ ਕਿ ਤੁਸੀਂ ਸਾਨੂੰ ਦਬਕਾਉਣਾ ਚਾਹੁੰਦੇ ਹੋ, ਅਸੀਂ ਤੁਹਾਨੂੰ ਦੱਸਦੇ ਹਾਂ ਜਦੋਂ ਸਾਡੇ ਨਾਲ ਕੋਈ ਵਿਤਕਰਾ ਕਰਦਾ ਆ ਅਸੀਂ ਫਿਰ ਵਿਤਕਰੇ ਕਿਵੇਂ ਮੁਕਾਉਣੇ ਆ, ਜੇ ਸਾਹਮਣੇ ਵਾਲਾ ਸਾਡੇ ਨਾਲ ਲੜਦਾ ਹੈ ਸਾਨੂੰ ਵੀ ਉਹਨੂੰ ਦਬਕਾਉਣਾ ਹੁੰਦਾ, ਮਾਰਨਾ ਹੁੰਦਾ। ਫੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।